ਸਾਡੇ ਸਾਹਮਣੇ ਮੇਰੀ ਪਹਿਲੀ ਹਾਜ਼ਰੀ ਹੈ ਸਾਈ ਬਾਗ ਦੇ ਵਿੱਚ ਅਤੇ ਮੈਨੂੰ ਨੌ ਵਜੇ ਦਾ ਹੁਕਮ ਸੀ ਕਿਬਲਾ ਸਾਹਿਬ ਦਾ ਨਈਮੀ ਸਾਹਿਬ ਦਾ ਉਹਨਾਂ ਦਾ ਮੈਨੂੰ ਹੁਕਮ ਸੀ ਅਤੇ ਮੈਂ ਤਾਂ ਹਾਜ਼ਰ ਹੋ ਗਿਆ ਹੁਣ ਸਾਢੇ ਕੁ ਨੌ ਵਜੇ ਕਿਉਂਕਿ ਮੈਂ ਸਟਾਫ ਵਾਚ ਲਾਈ ਹੈ ਇਨਸ਼ਾਅੱਲਾ ਮੈਂ ਇੱਕ ਘੰਟਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਅਤੇ ਮੈਂ ਜਿੰਨੀ ਦੇਰ ਵੀ ਪੜ੍ਹਨਾ ਮੈਂ ਸਿਰਫ ਕੁਰਾਨ ਪੜ੍ਹਨਾ ਮੈਨੂੰ ਹੁਕਮ ਕੀਤਾ ਗਿਆ ਸੀ ਜੀ ਪਿੱਛੇ ਮਦਰਸਾ ਹੈ ਅਤੇ ਕਿਬਲਾ ਸਾਹਿਬ ਤੁਸੀਂ ਉਸ ਹਿਸਾਬ ਨਾਲ ਪੜ੍ਹਨਾ ਅਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਮਦਰਸਾ ਮੁਸਲਮਾਨਾਂ ਦਾ ਹੀ ਹੁੰਦਾ ਕਿ ਅਲਹਮਦੁਲਿਲਾ ਅਗਰ ਪਿੱਛੇ ਮਦਰਸਾ ਹੈ ਤਾਂ ਉਹ ਅਲਹਮਦੁਲਿਲਾ ਮੁਸਲਮਾਨਾਂ ਦਾ ਹੀ ਮਦਰਸਾ ਹੈ ਕੋਈ ਅੱਛੀ ਕੋਈ ਐਸੀ ਗੱਲ ਨਹੀਂ ਸ਼ੁਕਰ ਅਲਹਮਦੁਲਿਲਾ ਉੱਥੇ ਵੀ ਕੁਰਾਨ ਪੜ੍ਹਿਆ ਜਾਂਦਾ ਹੈ ਅਸਾਂ ਵੀ ਕੁਰਾਨ ਪੜ੍ਹਨਾ ਇਹਦੇ ਵਿੱਚ ਐਸੀ ਗੱਲ ਹੀ ਕੋਈ ਨਹੀਂ ਦੂਸਰੇ ਨੰਬਰ 'ਤੇ ਉਹ ਕਿਹੜਾ ਖਤੀਬ ਜਿਹੜਾ ਦਿਲ ਆਜ਼ਾਰੀ ਕਰੇ ਮਜਲਸੇ ਹੁਸੈਨ ਮੁਹੱਬਤਾਂ ਬਣਦੀ ਹੈ ਨਹੀਂ ਮਜਲਸੇ ਹੁਸੈਨ ਤਾਂ ਜੋੜਨ ਦਾ ਨਾਂ ਨਾ ਜੀ ਮਜਲਸੇ ਹੁਸੈਨ ਤੋੜਨ ਦਾ ਨਾਂ ਤਾਂ ਹੈ ਹੀ ਨਹੀਂ ਮਜਲਸੇ ਹੁਸੈਨ ਪੜ੍ਹਨੀ ਹੈ ਅਤੇ ਅਸਾਂ ਪੜ੍ਹਨਾ ਹੀ ਕੁਰਾਨ ਹੈ ਅਹਲੇ ਹਦੀਸ ਦੋਸਤ ਬਹਿ ਜਾਏ ਆ ਕੇ ਦਿਓ ਬੰਦੀ ਦੋਸਤ ਬਹਿ ਜਾਏ ਬਰੇਲਵੀ ਬਹਿ ਜਾਏ ਸ਼ੀਆ ਬਹਿ ਜਾਏ ਯਾਰ ਗੈਰ ਮੁਸਲਿਮ ਹੀ ਬਹਿ ਜਾਏ ਕੋਈ ਟੈਨਸ਼ਨ ਨਹੀਂ ਪੜ੍ਹਨਾ ਹੀ ਕੁਰਾਨ ਹੈ ਭਾਈ ਅਸਾਂ ਪੜ੍ਹਨਾ ਹੀ ਕੁਰਾਨ ਨੇ ਅਸਾਂ ਨਾ ਤਾਰੀਖ ਪੜ੍ਹਨੀ ਹੈ ਨਾ ਕੋਈ ਅਸੀਂ ਗੱਲ ਕਰਨੀ ਕਿਸੇ ਦੀ ਦਿਲਦਾਰੀ ਹੋ ਜਾਏ ਅਸਾਂ ਆਹ ਹੀ ਪੜ੍ਹਨਾ ਹੈ ਕੁਰਾਨ ਹੀ ਪੜ੍ਹਨਾ ਹੈ ਘੰਟਾ ਅਤੇ ਕੁਰਾਨ ਹੀ ਪੜ੍ਹਨਾ ਹੈ ਅਤੇ ਸਿਰਫ ਇਸ ਵਾਸਤੇ ਕੁਰਾਨ ਪੜ੍ਹਨਾ ਹੈ ਕਿ ਜਿਹਦਾ ਕਲਮਾ ਪੜ੍ਹਿਆ ਜੇ ਨਾ ਉਸ ਮੁਸਤਫਾ ਆਖਿਆ ਸੀ ਕੁਰਾਨ ਸਿਰਫ ਅਲੀ ਕੇ ਸਾਥ ਭਾਈ ਸੁਭਾਨ ਅੱਲਾਹ ਤੁਹਾਨੂੰ ਮੌਲਾ ਸਲਾਮਤ ਰੱਖਾਂ ਸਦਕੇ ਜਾਵਾਂ ਬੱਚੇ ਸੁਭਾਨ ਅੱਲਾਹ ਪੁੱਤਰਾ ਸਲਾਮਤ ਰਵੇ ਮੌਲਾ ਤੈਨੂੰ ਸਲਾਮਤ ਰੱਖਣ ਤੂੰ ਬੜੇ ਨਾਰੇ ਪਿਆ ਮਾਰਦਾ ਤੇ ਮੈਂ ਉੱਥੇ ਬਹਿ ਕੇ ਅੰਦਰੋਂ ਕੱਚਾ ਪਿਆ ਪੈਂਦਾ ਸਾਂ ਕਿ ਜਦੋਂ ਮੈਂ ਤੇਡੇ ਵਰਗਾ ਹਾਂ ਮੈਂ ਅੰਨਾ ਸਾਂ ਅਲੀ ਰਜ਼ੀ ਅੱਲਾਹ ਉਹ ਯਾਰ ਮੈਂ 7 ਸਾਲ ਪਹਿਲਾਂ ਅਲੀ ਨੇ ਵਲੀ ਅੱਲਾਹ ਪੜ੍ਹਿਆ ਮੈਂ ਤਾਂ ਗੱਲ ਕੀਤੀ ਹੈ ਮੈਂ ਜਦੋਂ ਅੱਡਾ ਸਾਂ ਮੈਂ ਅੰਨਾ ਸਾਂ ਰਜ਼ੀ ਅਲੀ ਰਜ਼ੀ ਅੱਲਾਹ ਤੇ ਮੈਂ ਨਾ ਮੌਲਾ ਕਿੱਡੀ ਕਰੀਮੀ ਹੈ ਇਹ ਐਡਾ ਕੇ ਤੇ ਜਦੋਂ ਇਹਨੂੰ ਗੱਲ ਨਹੀਂ ਸਮਝ ਆਉਂਦੀ ਤਾਂ ਨਾਰਾ ਹੈ ਜਿਹੜੀ ਮਾਰਦਾ ਹੈ ਹੁਣ ਬੰਦੇ ਕੁਛ ਸੋਚਣ ਸਹੀ ਆਉਂਦੇ ਨੇ ਸਾਰੇ ਇੱਕੋ ਜਿਹੇ ਨੇ ਅੱਲਾਹ ਦੇ ਬੰਦੇ ਮੈਂ ਵੀ ਅਲੀ ਵਾਲਾ ਉਹ ਵੀ ਅਲੀ ਵਾਲਾ ਉਹ ਸ਼ੁਰੂ ਤੋਂ ਅਲੀ ਵਾਲਾ ਤੇ ਮੈਂ ਹੁਣ ਅਲੀ ਵਾਲਾ ਉਹ ਜਦੋਂ ਅਸੀਂ ਦੋਵੇਂ ਮੋਮਾਂ ਨੇ ਕੋ ਜੇ ਨਹੀਂ ਮੁਨਾਫਕ ਸਾਡੇ ਵਰਗੇ ਕਿਵੇਂ ਹੋ ਜਾਏ ਸੁਭਾਨ ਅੱਲਾਹ ਸੁਭਾਨ ਅੱਲਾਹ ਜਿਹਦਾ ਪੀਰ ਅਲੀ ਹੈ ਹੈਦਰੀ ਬਈ ਸੁਭਾਨ ਅੱਲਾਹ ਤੁਹਾਨੂੰ ਮੌਲਾ ਸਲਾਮਤ ਰੱਖਾ ਬਈ ਕਿਸੇ ਕਮੀਨੇ ਦਾ ਮੁਹਤਾਜ ਨਾ ਫਰਮਾਉਣ ਤੁਹਾਨੂੰ ਮੌਲਾ ਕਿਸੇ ਕਮੀਨੇ ਦਾ ਮੁਹਤਾਜ ਨਾ ਫਰਮਾਉਣ ਆਲੇ ਮੁਹੰਮਦ ਦੇ ਗਮ ਤੋਂ ਇਲਾਵਾ ਕੋਈ ਗਮ ਨਾ ਦੇਣ ਸ਼ੀਆ ਦੋਸਤ ਬੈਠਾ ਹੈ ਸੁੰਨੀ ਦੋਸਤ ਬੈਠਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਜਿਹੜਾ ਸੁੰਨੀ ਇੱਥੇ ਆ ਕੇ ਅਗਰ ਬੈਠਾ ਨਾ ਸੁੰਨੀ ਦੋਸਤ ਉਹਨੂੰ ਮੇਰਾ ਡਬਲ ਸਲਾਮ ਹੈ ਕੁਰਾਨ ਅੱਗੇ ਰੱਖ ਕੇ ਮੁਬਾਲਗਾ ਰਾਈ ਨਹੀਂ ਕੁਰਾਨ ਅੱਗੇ ਰੱਖ ਕੇ ਡਬਲ ਸਲਾਮ ਹੈ ਕੋਈ ਸ਼ੀਆ ਉਹਦਾ ਲੱਖ ਨਾ ਕੱਢੇ ਨਹੀਂ ਤਾਂ ਮੈਂ ਉਹਦੀ ਆ ਕੇ ਕੱਢ ਛੱਡਣੀ ਹੈ ਉਹਨੇ ਇੱਥੇ ਆ ਕੇ ਦੱਸਿਆ ਹੈ ਤੁਸੀਂ ਇਕੱਲੇ ਨਹੀਂ ਮੰਨਦੇ ਅਲੀ ਤੋਂ ਬਗੈਰ ਕਿਸੇ ਦਾ ਵੀ ਗੁਜ਼ਾਰਾ ਨਹੀਂ ਸੁਭਾਨ ਅੱਲਾਹ ਸਦਕੇ ਜਾਵਾਂ ਭਾਈ ਤੁਹਾਨੂੰ ਮੌਲਾ ਸਲਾਮਤ ਰੱਖਣ ਖੁਦਾ ਦੀ ਕਸਮ ਉਹਨੇ ਇੱਥੇ ਆ ਕੇ ਦੱਸਿਆ ਅਸੀਂ ਵੀ ਮੰਨਦੇ ਹਾਂ ਤੁਸੀਂ ਵੀ ਮੰਨਦੇ ਹੋ ਕੋਈ ਮਸਲਾ ਹੀ ਨਹੀਂ ਲੜੋ ਨਾ ਝਗੜਾ ਨਾ ਕਰੋ ਇਕੱਠੇ ਹੋ ਜਾਓ ਕੁਰਾਨ ਪੜ੍ਹਦੇ ਹਾਂ ਮੈਂ ਕੁਰਾਨ ਪੜ੍ਹਨਾ ਹੈ ਇਸ ਵਾਸਤੇ ਪੜ੍ਹਨਾ ਕਿ ਨਬੀਆਂ ਦੇ ਸੁਲਤਾਨ ਆਖਿਆ ਕੁਰਾਨ ਸਿਰਫ ਅਲੀ ਨਾਲ ਹੈ ਮੈਂ ਹੁਣ ਕੁਰਾਨ ਪਾਕ ਮੇਰੇ ਨਾਲ ਹੈ ਮੈਨੂੰ 7 ਸਾਲ ਹੋਏ ਨੇ ਸ਼ੀਆ ਹੋਏ ਨੂੰ 5 ਸਾਲ ਹੋਏ ਨੇ ਮਦਰਸਾ ਪੜ੍ਹਦੇ ਨੂੰ ਇਹ ਮੇਰੇ ਨਾਲ ਹੁੰਦਾ ਹੈ ਇੱਕ ਮਦਰਸ ਪੜ੍ਹਾਂ ਦੋ ਪੜ੍ਹਾਂ ਤਿੰਨ ਪੜ੍ਹਾਂ ਨਾਲ ਹੈ ਗੱਡੀ 'ਚ ਵੀ ਨਾਲ ਹੈ ਲਾਇਬ੍ਰੇਰੀ 'ਚ ਵੀ ਨਾਲ ਹੈ ਤੇ ਮੈਂ ਕਿਹਾ ਯਾ ਅੱਲਾ ਪਾਕ ਇਹ ਮੇਰੇ ਨਾਲ ਨਹੀਂ ਅੱਲਾ ਪਾਕ ਫਰਮਾਇਆ ਨਹੀਂ ਤੁਸੀਂ ਬੂਥੀ ਪਰੇ ਕਰੋ ਇਹ ਅਲੀ ਨਾਲ ਜੀ ਸੁਭਾਨ ਅੱਲਾਹ ਜਿੱਦਾਂ ਅੱਛਾ ਸਮਾਤ ਫਰਮਾ ਰਹੇ ਹੋ ਨਾ ਮੈਨੂੰ ਖੁਦਾ ਦੀ ਕਿਸਮ ਥਕਾਵਟ ਲੈ ਗਈ ਹੈ ਜਿੱਦਾਂ ਅੱਛਾ ਸਮਾਤ ਫਰਮਾਇਆ ਜੇ ਮੈਂ ਨਾ ਸਾ ਬੰਦੇ ਥੋੜੇ ਨੇ ਪਰ ਕੋਈ ਗੱਲ ਨਹੀਂ ਥੋੜੇ ਹੋ ਨਾ ਹੈ ਪੂਰੇ ਹੋ ਭਾਵੇਂ ਥੋੜੇ ਹੋ ਹੈ ਪੂਰੇ ਹੋ ਮੈਂ ਤੇ ਸ਼ੀਆ ਹੀ ਇਸ ਗੱਲ ਤੇ ਹੋਇਆ ਸਾਂ ਥੋੜੇ ਨਹੀਂ ਵੇਖੀ ਤੇ ਹੱਕ ਵੇਖੀਦਾ ਹੈ ਮੈਂ ਸਾਰੀ ਜ਼ਿੰਦਗੀ ਆਖਿਆ ਸਾਰੇ ਠੀਕ ਨੇ ਕਰਬਲਾ ਵੱਲ ਨਜ਼ਰ ਪਈ ਤੇ ਮੈਂ ਮੂੰਹ ਥੱਲੇ ਸੁੱਟ ਕੇ ਆਖਿਆ ਜ਼ਹਰਾ ਸੱਚੀ ਹੈ ਕਿਉਂ ਉਧਰ 72 ਸਨ ਉਧਰ 9 ਲੱਖ ਸੀ 72 ਦੇ ਦਰੂ ਦੇ 9 ਲੱਖ ਦੇ ਲਾਨਤ ਭਾਈ ਸੁਭਾਨ ਅੱਲਾਹ ਸਦਕੇ ਜਾਵਾਂ ਤੁਹਾਨੂੰ ਮੌਲਾ ਸਲਾਮਤ ਰੱਖਾ ਬਹੁਤ ਸ਼ੁਕਰੀਆ ਯਾ ਅਲੀ ਬੜਾ ਅੱਛਾ ਸਮਾਤ ਫਰਮਾ ਰਹੇ ਹੋ ਤੁਹਾਨੂੰ ਮੌਲਾ ਸਲਾਮਤ ਰੱਖਣ ਮੇਰਾ ਖਿਆਲ ਹੈ ਸਵਾਦ ਬਣੇਗਾ ਚਲੋ ਮਾੜਾ ਮਾੜਾ ਬੋਲੋ ਰਸਾਈ ਸਰਦੀ ਲੱਗ ਰਹੀ ਹੈ ਜਿੰਨੀ ਵੀ ਲੱਗ ਰਹੀ ਹੈ ਨਾ ਮੈਨੂੰ ਵੀ ਲੱਗ ਰਹੀ ਲੇਕਿਨ ਸਰਦੀ ਰਹਿ ਜਾਣੀ ਚਾਹੀਦੀ ਹੈ ਇਨਸ਼ਾਅੱਲਾ ਤਾਲਾ ਮੇਰਾ ਦਿਲ ਇਹ ਆ ਕਿ ਮੈਂ ਅੱਜ ਐਸਾ ਮੌਜੂ ਪੜ੍ਹਾਂ ਐਸਾ ਮੌਜੂ ਪੜ੍ਹਾਂ ਵੀ ਕਿਸੇ ਬੰਦੇ ਦਾ ਇਤਰਾਜ਼ ਨਾ ਹੋਵੇ ਕੋਈ ਬੰਦਾ ਸਵੇਰੇ ਇਹ ਨਾ ਆਖੇ ਤੁਹਾਡੇ ਮੌਲਵੀ ਸਾਹਿਬ ਆਹ ਗੱਲ ਗਲਤ ਕੀਤੀ ਹੈ ਲੇਕਿਨ ਮੈਂ ਕੁਰਾਨ ਪੜ੍ਹਨਾ ਜੇ ਕੁਰਾਨ ਵਿੱਚ ਜੋ ਲਿਖਿਆ ਹੈ ਉਹ ਤਾਂ ਮੰਨਣਾ ਪੈਣਾ ਜੇ ਕਿ ਨਹੀਂ ਚਲੋ ਯਾਰ ਮੈਂ ਬੁਖਾਰੀ ਸ਼ਰੀਫ ਪੜ੍ਹਾਂਗਾ ਤੇ ਸ਼ੀਆ ਆਖਣਗੇ ਅਸੀਂ ਨਹੀਂ ਮੰਨਦੇ ਅਸੂਲੇ ਕਾਫੀ ਪੜ੍ਹਾਂਗਾ ਤੇ ਸੁਨੀ ਦੋਸਤ ਆਖਣਗੇ ਅਸੀਂ ਨਹੀਂ ਮੰਨਦੇ ਤਾਂ ਮੈਂ ਉਹ ਸ਼ਰੀਫ ਆਉਂਦਾ ਜਿਹੜਾ ਸਵੇਰੇ ਆਖੇ ਕਹਿੰਦਾ ਮੈਂ ਇਹਦੀ ਨਹੀਂ ਮੰਨਦਾ ਨਾ ਉਹਦੀ ਅੰਮਾ ਸ਼ਰੀਫ ਹੈ ਨਾ ਅੱਬਾ ਸ਼ਰੀਫ ਨਹੀਂ ਸਦਕੇ ਜਾਵਾਂ ਤੁਹਾਨੂੰ ਮੌਲਾ ਸਲਾਮਤ ਰੱਖਣ ਕੁਰਾਨੇ ਸ਼ਰੀਫ ਹੈ ਭਾਈ ਜਾਨ ਇਹ ਕੋਈ ਸਾਡੀ ਸ਼ਰੀਫ ਨਹੀਂ ਇਹ ਕੁਰਾਨੇ ਸ਼ਰੀਫ ਹੈ ਇਹ ਏਡਾ ਸ਼ਰੀਫ ਹੈ ਏਡਾ ਸ਼ਰੀਫ ਹੈ ਮੈਂ ਕਿਹਾ ਅੱਲਾ ਮੇਰੇ ਨਾਲ ਨਹੀਂ ਅੱਲਾ ਫਰਮਾਇਆ ਨਹੀਂ ਮੈਂ ਕਿਹਾ ਜੀ ਮੈਂ ਤਾਂ ਸ਼ੀਆ ਹੀ ਹੋਇਆ ਆਪਣੇ ਉਸਤਾਦ ਨੂੰ ਸੁਣ ਸੁਣ ਕੇ ਹੋਇਆ ਤੇ ਮੇਰੇ ਉਸਤਾਦ ਨੂੰ ਤਾਂ 38 ਸਾਲ ਹੋ ਗਏ ਨੇ ਪੜ੍ਹਦੇ ਆ ਉਹਨਾਂ ਦੇ ਕੋਲ ਕੁਰਾਨ ਹੁੰਦਾ ਹਰ ਵੇਲੇ ਉਹਨਾਂ ਨਾਲ ਵੀ ਨਹੀਂ ਫਰਮਾਇਆ ਨਹੀਂ ਉਹਨਾਂ ਨਾਲ ਵੀ ਨਹੀਂ ਇਹ ਸਿਰਫ ਅਲੀ ਨਾਲ
ਮੈਂ ਕਿਹਾ ਯਾਲਾ ਪਾਕ ਮੈਂ 33 ਸਾਲ ਇਹ ਸੁਣਿਆ ਵੀ ਸ਼ੀਆਂ 'ਚ ਹਾਫਜ਼ ਹੀ ਕੋਈ ਨਹੀਂ ਹੁੰਦਾ। ਚਲੋ ਇੰਝ ਹੀ ਸਹੀ, ਜਿਹੜੇ ਸਾਡੇ ਦੋਸਤ ਮੁਸਲਮਾਨ ਹਾਫਜ਼ ਹੈ ਕੁਰਾਨ ਨੇ, ਉਹਦੇ ਦਿਲ 'ਚ ਕੁਰਾਨ ਹੈ, ਉਹਦੇ ਨਾਲ ਕੁਰਾਨ ਹੈਗਾ ਹੈ। ਅੱਲਾ ਫਰਮਾਇਆ ਨਹੀਂ ਇਹ ਫਿਰ ਵੀ ਅਲੀ ਨਾਲ ਹੀ, ਹਾਏ ਹਾਏ ਤਵੱਜੋ ਫਰਮਾਇਆ ਜੇ ਇਹ ਫਿਰ ਵੀ ਸਿਰਫ ਅਲੀ ਨਾਲ ਹੈ। ਮੈਂ ਕਿਹਾ ਯਾਲਾ ਪਾਕ ਜੇ ਇਹਨੂੰ ਮੈਂ ਇੰਝ ਕਰ ਲਵਾਂ, ਅੱਲਾ ਫਰਮਾਇਆ ਨਾਲ ਚੰਬੜ ਵੀ ਜਾਵੇ ਨਾ, ਇਹ ਅਲੀ ਨਾਲ ਹੀ। ਸੁਭਾਨ ਅੱਲਾ, ਪੰਜਾਬੀ ਦੀ ਸਮਝ ਆਉਂਦੀ ਪਈ ਹੈ? ਮੇਰਾ ਮਕਸਦ ਮਜਲਿਸ ਪਹੁੰਚਾਉਣਾ ਹੈ, ਸਿਰਫ ਤਵੱਜੋ ਫਰਮਾਉਣੀ ਹੈ। ਇਹ ਇੱਥੇ ਰੱਖਾਂ ਤਾਂ ਵੀ ਮੇਰੇ ਮੌਲਾ ਅਲੀ ਨਾਲ ਹੈ, ਸਿਰ 'ਤੇ ਰੱਖ ਲਵਾਂ ਤਾਂ ਵੀ ਮੌਲਾ ਅਲੀ ਨਾਲ ਹੈ। ਮੁਕਦੀ ਮੁਕਾਮਾਂ ਜਿਹੜੇ ਆਉਂਦੇ ਨੇ ਨਾ, ਇਹ ਨਬੀਆਂ ਤੋਂ ਵਧਾਉਂਦੇ ਨੇ, ਅਸੀਂ ਨਹੀਂ ਵਧਾਉਂਦੇ, ਉਹਨੇ ਵਧਾਇਆ ਹੀ। ਬੋਲੋ ਬੋਲੋ ਯਾਰ, ਤੁਹਾਨੂੰ ਮੌਲਾ ਸਲਾਮਤ ਰੱਖਣਾ। ਮੈਂ ਕੱਚੀ ਗੱਲ ਨਹੀਂ ਕਰਨੀ, ਮੈਂ ਦਲੀਲ ਨਾਲ ਗੱਲ ਕਰਨੀ ਹੈ। ਬਈ ਮੈਂ ਨਾ ਮੇਰੇ ਨਾਲ, ਨਾ ਅਲੀ ਨਸਰ ਹੁਸੈਨੀ ਸਾਹਿਬ ਨਾਲ, ਨਾ ਇਹ ਸੁਨੀਆਂ ਨਾਲ, ਨਾ ਇਹ ਸ਼ੀਆਂ ਨਾਲ, ਨਾ ਦਿਓਬੰਦੀ ਦੋਸਤਾਂ ਨਾਲ, ਨਾ ਅਹਲੇ ਹਦੀਸਾਂ ਨਾਲ, ਨਾ ਇਹ ਹਾਫਜ਼ੇ ਕੁਰਾਨ ਨਾਲ, ਇਹ ਸਿਰਫ ਅਲੀ ਨਾਲ। ਇੱਥੇ ਮੱਠੇ ਨਾ ਪਿਆ ਜੇ, ਇਹ ਮੈਂ ਉਹਦੀ ਗੱਲ ਪਿਆ ਦੱਸਣਾ ਜਿਹੜਾ ਬੋਲੇ ਤੇ ਕੁਰਾਨ ਬਣਦਾ। ਇਹ ਜ਼ਹਰਾ ਦੇ ਬਾਬਾ ਜਾਨ ਨੇ ਫਰਮਾਇਆ ਹੈ, ਕੁਰਾਨ ਸਿਰਫ ਅਲੀ ਕੇ ਸਾਥ ਹੈ ਔਰ ਅਲੀ ਕੁਰਾਨ ਕੇ ਸਾਥ ਹੈ। ਮੈਂ ਕਿਹਾ ਯਾ ਅੱਲਾ ਸਾਡੇ ਨਾਲ ਨਹੀਂ, ਅੱਲਾ ਫਰਮਾਇਆ ਛੱਡ ਪਰਾਂ ਸਾਡੇ ਨਾਲ ਨਹੀਂ, ਇਹ ਇਬਰਾਹੀਮ ਅਲੈਹਿਸ ਸਲਾਮ ਨਾਲ ਵੀ ਨਹੀਂ। ਹੁਣ ਤੁਹਾਡੀ ਤਵੱਜੋ ਮੈਨੂੰ ਚਾਹੀਦੀ ਹੈ, ਮਿਹਰਬਾਨੀ। ਇਬਰਾਹੀਮ ਨਬੀ ਜੇ ਇਬਰਾਹੀਮ ਅਲੈਹਿਸ ਸਲਾਮ ਨਾਲ ਨਹੀਂ, ਇਸਮਾਇਲ ਅਲੈਹਿਸ ਸਲਾਮ ਨਾਲ ਨਹੀਂ, ਆਦਮ ਅਲੈਹਿਸ ਸਲਾਮ ਨਾਲ ਨਹੀਂ, ਜ਼ਕਰੀਆ ਅਲੈਹਿਸ ਸਲਾਮ ਨਾਲ ਨਹੀਂ। ਮੈਂ ਕਿਹਾ ਯਾ ਅੱਲਾ ਕਿਸੇ ਨਾਲ ਵੀ ਨਹੀਂ, ਪਰ ਮੈਂ ਤੈਨੂੰ ਦੱਸਿਆ ਤੇ ਹੈ ਇਹ ਸਿਰਫ ਅਲੀ ਨਾਲ ਹੈ, ਸਿਰਫ ਅਲੀ ਨਾਲ ਹੈ। ਉਹ ਸਾਨੂੰ ਥੋੜੇ ਵੇਖ ਕੇ ਕਾਫਰ ਆਖ ਕੇ ਸੌਂ ਜਾ। ਮੈਂ ਦਲੀਲ ਦੀ ਗੱਲ ਤੇ ਦੇ, ਕਿਸ ਅਲੀ ਦੇ ਨਾਲ ਅਲੈਹਿਸ ਸਲਾਮ ਨਹੀਂ ਰਲਦੇ, ਆਮ ਬੰਦਾ ਕਿਵੇਂ ਰਲ ਜਾਏਗਾ? ਸੁਭਾਨ ਅੱਲਾ, ਸੁਭਾਨ ਅੱਲਾ, ਜਿਹਦਾ ਪੀਰ ਅਲੀ ਦੋਵੇਂ ਤੇ ਬੁਲੰਦ ਕਰਕੇ ਹੈਦਰੀ। ਸੁਭਾਨ ਅੱਲਾ, ਸਲਾਮਤ ਰੱਖਾਂ। ਇਹ ਜਿਹੜਾ ਕੁਰਾਨ ਅਲੀ ਨਾਲ ਹੈ ਨਾ ਜੀ, ਕਿਬਲਾ ਸਾਹਿਬ ਬਹੁਤ ਸ਼ੁਕਰੀਆ, ਉਹ ਮੈਂ ਪੜ੍ਹਨਾ ਚਾਹੁੰਦਾ। ਅੱਜ ਮਦਰਸੇ ਮਨਸੂਬੇ ਪਾਕ ਸ਼ਗਿਰਦਾਂ ਸਲਾਵਾਤੁੱਲਾ ਅਲੈਹਾ ਨਾਲ, ਮੈਂ ਅਲਹਮ ਸਲੇਲਾ ਮੁਹੰਮਦ ਵਾਲੇ ਮੁਹੰਮਦ, ਔਰ ਮੈਂ ਆਲੇ ਮੁਹੰਮਦ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੇਰਾ ਤਵੱਸਲ ਪਾਕ ਸ਼ਗਿਰਦਾਂ ਨਾਲ ਹੈ, ਕਿਉਂਕਿ ਮੈਂ ਉਹਨਾਂ ਦਾ ਹੱਕ ਤੇ ਸ਼ੀਆ ਹੋਇਆ। ਮੈਨੂੰ ਮੌਲਾ ਅਲੀ ਦੀ ਖੈਬਰ ਮੈਂ ਸ਼ੀਆ ਨਹੀਂ ਕੀਤਾ, ਮੇਰੀ ਗੱਲ ਸੱਚੀ ਹੈ, ਮੈਂ ਤੁਹਾਨੂੰ ਦੱਸਣੀ ਹੈ। ਮੇਰੇ ਖਾਨਦਾਨੀ ਸ਼ੀਆ ਉਹ ਕਮਾਲ ਹੋ, ਜਿਸ ਮੈਂ ਘਰ ਬੈਠਾ ਸਾ ਤਾਬਸ਼ ਭਾਈ ਦੇ ਘਰ, ਉਹਨਾਂ ਮੈਨੂੰ ਆਪਣੀ ਸਟੋਰੀ ਵੀ ਸੁਣਾਈ ਹੈ ਵੀ ਅਸੀਂ ਵੀ ਕਾਫਰ ਹੋਣੇ ਹੋਏ ਹਾਂ। ਯਾਰ ਅੱਲਾ ਦੇ ਯਾਰ, ਗੱਲ ਸਮਝਾਉਣੀ ਹੈ ਸਾਨੂੰ, ਬੰਦੇ ਮੁਸਲਮਾਨ ਸਮਝਦੇ। ਸੁਭਾਨ ਅੱਲਾ, ਮੇਰੇ ਘਰ ਦੇ ਵਿੱਚ ਨਾ, ਮੇਰੇ ਘਰ ਦੇ ਵਿੱਚ ਅਕਸਰੀਅਤ ਮੁਸਲਮਾਨਾਂ ਦੀ ਹੈ ਯਾਰ। ਮੇਰਾ ਨਾਂ ਇਰਫਾਨ ਸ਼ੌਕਤ, ਸਿੱਧਾ ਨਾਂ ਇਰਫਾਨ ਸ਼ੌਕਤ, ਆਈ ਡੀ ਕਾਰਡ 'ਤੇ। ਉਹ ਜਦੋਂ ਮੈਂ ਕਾਫਰ ਹੋਇਆ ਫਿਰ ਮੈਂ ਰੱਖਿਆ ਇਰਫਾਨ ਹੈਦਰ। ਉਹ ਹੈਦਰ ਦੀ ਵਜ੍ਹਾ ਤੋਂ ਬੰਦੇ ਕਾਫਰ ਰੱਖਣ ਲੱਗੇ ਨੇ, ਬਾਕੀ ਤਾਂ ਮੈਂ ਪਹਿਲਾਂ ਵੀ ਸਾਰਿਆਂ ਨੂੰ ਮੰਨਦਾ ਹੀ ਸਾਂ। ਉਹ ਮੇਰੇ ਘਰ 'ਚ ਹੋਣਾ, ਸ਼ੀਆ ਸੁਣੇ ਇਕੱਠੇ ਆ, ਯਾਨੀ ਮੈਂ ਸ਼ੀਆ, ਮੇਰੀ ਬੀਵੀ ਸ਼ੀਆ ਅਤੇ ਮੇਰੇ ਤਿੰਨ ਬੱਚੇ ਸ਼ੀਆ, ਮੇਰੀ ਵਾਲਦਾ ਅਹਲੇ ਸੁਨਤ, ਮੇਰਾ ਭਾਈ ਅਹਲੇ ਸੁਨਤ, ਭੈਣ ਚਾਚੇ ਤਾਏ ਸਾਰੇ ਟਕਾ ਕੇ ਮੁਸਲਮਾਨ ਅਲਹਮਦੁਲਿਲਾ। ਔਰ ਬੜਾ ਮਜ਼ਾ ਹੈ, ਪਹਿਲਾਂ ਮੈਂ ਕਾਫਰ ਹੋਇਆ, ਫਿਰ ਮੇਰੀ ਬੀਵੀ ਹੋ ਗਈ, ਫਿਰ ਮੇਰਾ ਵੱਡਾ ਬੇਟਾ ਹੋ ਗਿਆ, ਫਿਰ ਇਹ ਹੋ ਗਿਆ, ਫਿਰ ਛੋਟਾ ਹੋ ਗਿਆ, ਪੰਜ ਤਨ ਦੇ ਸਦਕੇ ਪੰਜ ਕਾਫਰ, ਬਿਹਤਰੀਨ ਕਾਫਰ। ਸੁਭਾਨ ਅੱਲਾ, ਉਹ ਫਿਰ ਜਿਹੜਾ ਮੇਰਾ ਕਮਰਾ ਨਾ, ਮੇਰਾ ਕਮਰਾ ਉਹ ਹੈਗਾ ਸ਼ੀਆ ਕਮਰਾ, ਨਾਲ ਦਾ ਵਾਲਦਾ ਮੁਹਤਰਮਾ ਨੇ ਉਹ ਹੈ ਸੁੰਨੀ ਕਮਰਾ, ਉੱਤੇ ਮੇਰਾ ਇੱਕ ਹੀ ਭਰਾ ਹੈ ਉੱਥੇ ਰਹਿੰਦਾ ਹੈ, ਉਹ ਸੁੰਨੀ ਸ਼ੀਆ ਭਾਬੀ ਮਿਕਸ ਕਮਰਾ। ਉਹ ਵਾਲਦਾ ਜਦੋਂ ਯਾਰਵੀਂ ਕਲਾਉਂਦੇ ਰਹਿੰਦਾ, ਯਾਰਵੀਂ ਵੀ ਖਾ ਲੈਂਦਾ, ਮੈਂ ਹਾਜ਼ਰੀ ਕਲਾਵਾਂ ਤਾਂ ਹਾਜ਼ਰੀ ਵੀ ਖਾ ਲੈਂਦਾ। ਉਹ ਆਂਦਾ ਭਾਈ ਜੀ ਸਾਡੇ ਵਾਸਤੇ ਸਾਰੇ ਇੱਕੋ ਜੇ। ਆ ਤੁਹਾਨੂੰ ਮੌਲਾ ਸਲਾਮਤ ਰੱਖਣ, ਅਲੀ ਨਸਰ ਅਲ ਹੁਸੈਨੀ ਸਾਹਿਬ ਦੀ ਮੈਂ ਜੁੱਤੀ ਵਰਗਾ ਨਹੀਂ, ਉਹਨਾਂ ਨੂੰ ਤੁਸੀਂ 1.5 ਲੱਖ ਦੇਣਾ ਹੈ ਤੇ ਉਹਨਾਂ ਨੇ ਖੰਘਣਾ, ਤੁਸਾਂ ਕਹਿਣਾ ਬੱਲੇ ਬਾਈ ਬੱਲੇ। ਤਾਂ ਮੈਨੂੰ ਹੁਣ ਇਹ ਨਾ ਸਮਝੀ ਜਾਓ ਵੀ ਸ਼ਗਿਰਦ ਹੈ, ਮੈਂ ਗੱਲ ਕੱਚੀ ਕਰਾਂ ਤੇ ਫਿਰ ਚੁੱਪ ਕਰ ਰਿਹਾ, ਜੇ ਸਹੀ ਕਰਾਂ ਤੇ ਫਿਰ ਮੈਨੂੰ ਥੋੜ੍ਹਾ ਤਾਮਨ ਫਰਮਾਇਆ ਜੀ। ਮੈਂ ਤਾਂ ਪਿਆ ਜੇ ਆਪਸ ਹੀ ਗੱਲ ਹੈ, ਲੜੋ ਨਾ, ਅਸੀਂ ਸਾਡੇ ਘਰ ਇਕੱਠੇ ਰਹਿ ਸਕਦੇ ਹਾਂ, ਤਾਂ ਸਾਹੀਵਾਲ 'ਚ ਕੀ ਹੈ ਯਾਰ? ਬੋਲੋ, ਔਰ ਮਿਹਰਬਾਨੀ ਫਰਮਾ ਕੇ, ਅਸੀਂ ਅਗਰ ਘਰ ਇਕੱਠੇ ਰਹਿ ਸਕਦੇ ਹਾਂ, ਇਤਿਹਾਦ ਬੈਨਲ ਮੁਸਲਿਮੀਨ ਦੇ, ਇੱਥੋਂ ਅਸੀਂ ਮਤਲਬ ਸਮੈਂ ਨਹੀਂ ਪੜ੍ਹ ਸਕਦਾ, ਅਸੀਂ ਇਕੱਠੇ ਰਹਿੰਦੇ ਹਾਂ ਨਾ, ਮੇਰੀ ਵਾਲਦਾ ਮੈਨੂੰ ਨਫ਼ਰਤ ਕਰਦੇ ਨੇ, ਘੱਟ ਬੋਲਦੇ ਨੇ, ਵਾਹਵਾ ਦੇ ਨਹੀਂ ਹੋ ਗਏ, ਨਹੀਂ ਬੋਲਦੇ, ਉਹ ਆਉਂਦੇ ਨੇ ਵੀ ਤੂੰ ਗੁੰਮਰਾਹ ਹੋ ਗਿਆ। ਉਹ ਮੈਂ ਉਹਨਾਂ ਨੂੰ ਸਲਾਮ ਕਰ ਛੱਡਦਾ, ਮੈਂ ਨਾ ਅੰਮਾ ਤੂੰ ਮੈਨੂੰ ਲੋ ਲੜ, ਭਾਵੇਂ ਮੈਂ ਤਾਂ ਲਾਂਤਾਂ ਪਾ, ਭਾਵੇਂ ਮੈਨੂੰ ਜੋ ਵੀ ਆਖੋ, ਤੈਨੂੰ ਮੈਂ ਅੰਮਾ ਸਲਾਮ ਹੀ ਕਰਨਾ ਹੈ। ਪਤਾ ਕਿਉਂ? ਜੇ ਤੂੰ ਖਿਆਨਤ ਕਰਦੀ ਨਾ, ਮੈਂ ਅਲੀ ਨਹੀਂ ਸੀ ਮੰਨਣਾ। ਸਦਕੇ ਜਾਵਾਂ, ਤੁਹਾਨੂੰ ਮੌਲਾ ਸਲਾਮਤ ਰੱਖਣ ਬਜ਼ੁਰਗਾ, ਬਹੁਤ ਸ਼ੁਕਰੀਆ। ਇਹਦਾ ਮਤਲਬ ਹੈ ਅਲੀ ਨੂੰ ਮੰਨਦਾ ਹੀ ਓਏ ਜਿਹੜਾ ਹਲਾਲ ਜ਼ਿਆਦਾ ਹੁੰਦਾ। ਭਾਈ ਸਦਕੇ ਜਾਵਾਂ, ਸੁਭਾਨ ਸੁਭਾਨ ਅੱਲਾ, ਤੁਹਾਨੂੰ ਮੌਲਾ ਸਲਾਮਤ ਰੱਖ ਯਾ ਅਲੀ। ਇਹਦਾ ਮਤਲਬ ਹੈ ਹਰ ਸ਼ੀਆ ਸੁਨੀ ਅਲਹਮਦੁਲਿਲਾ ਦਿਓਬੰਦੀ, ਹਰ ਬੰਦਾ ਮੌਲਾ ਅਲੀ ਨੂੰ ਮੰਨਦਾ ਹੈ। ਕੋਈ ਰਜ਼ੀ ਅੱਲਾ ਆਉਂਦਾ ਹੈ, ਕੋਈ ਅਲੈਹ ਸਲਾਮ ਆਉਂਦਾ ਹੈ, ਕੋਈ ਕਰਮੁੱਲਾ ਵਜਹੁਲ ਕਰੀਮ ਆਉਂਦਾ ਹੈ, ਕੋਈ ਗੱਲ ਨਹੀਂ, ਮੰਨਦੇ ਸਭ ਨੂੰ ਬਈ, ਮੰਨਦੇ ਸਾਰੇ ਨੇ, ਕੋਈ ਰੌਲਾ ਹੀ ਨਹੀਂ ਹੈ। ਕੋਈ ਮੈਨੂੰ ਬੰਦਾ ਉਹ ਜਿਹੜਾ ਆਖੇ ਮੈਂ ਮੌਲਾ ਅਲੀ ਨੂੰ ਮੰਨਦਾ ਨਹੀਂ, ਹੈ ਹੀ ਕੋਈ ਨਹੀਂ।
ਤੁਹਾਡੇ ਵਿੱਚ ਜ਼ਰੂਰਤ ਹੈ, ਤੁਹਾਡੇ ਨਿਆਣੇ ਆਉਂਦੇ ਨੇ, ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਇਹਨੂੰ ਨਹੀਂ ਮੰਨਦੇ। ਤੁਹਾਨੂੰ ਅੱਲਾ ਨੇ ਉਹ ਪੀਰ ਦਿੱਤਾ ਹੈ, ਕਿਸੇ ਦੀ ਜੀ ਵੀ ਕੋਈ ਨਹੀਂ ਆਖੇ ਮੈਂ ਨਹੀਂ ਮੰਨਦਾ, ਉਹਨੂੰ ਪਤਾ ਮੈਂ ਇਹਦਾ ਇਨਕਾਰ ਕੀਤਾ, ਇਸਲਾਮ ਚੋਂ ਹੀ ਬਾਹਰ ਹੋ ਜਾ। ਸਦਕੇ ਸਦਕੇ, ਬੜਾ ਬਾਰੀਕ ਜੁਮਲਾ ਸੀ, ਅੱਛਾ ਸਮਾਜ ਫਰਮਾਇਆ ਜੀ, ਮਿਹਰਬਾਨੀ, ਸ਼ੁਕਰੀਆ ਕਿਦਾਂ ਯਾਰ। ਲਓ ਜੀ, ਹੁਣ ਫਿਰ ਮੇਰਾ ਖਿਆਲ ਹੈ ਮੈਂ ਆਪਣਾ ਜੋ ਮੌਜੂ ਹੈ ਪੜ੍ਹਾਂ। ਸੁਭਾਨ ਅੱਲਾ ਜੀ, ਮੇਰਾ ਖਿਆਲ ਹੈ ਮਾਹੌਲ ਠੀਕ ਹੋ ਗਿਆ ਅਤੇ ਬੰਦੇ ਆਸਤਾ ਆਸਤਾ ਆਉਣਾ ਸ਼ੁਰੂ ਹੋ ਗਏ ਨੇ, ਸਵਾਦ ਪੈ ਗਿਆ। ਥੋੜ੍ਹਾ ਬਾਅਦ ਕਰਦਾ ਇੱਕ ਦੋ ਮਿੰਟ ਦੇ ਵਿੱਚ, ਕਿ ਮੈਂ ਖਾਨਦਾਨੀ ਸ਼ੀਆ ਨਹੀਂ ਹੈ ਨਾ, ਮੈਂ ਆਲਮੇ ਦੀਨ ਜੀ, ਮੈਂ ਛੋਟਾ ਜਿਹਾ ਖਤੀਬ ਹਾਂ ਐਵੇਂ ਆਹ ਗੱਲਾਂ ਗੁੱਲਾਂ ਕਰਨ ਵਾਲਾ, ਮਤਲਬ ਤੁਸੀਂ ਸਮਝੋ ਕਿ ਕੋਈ ਬੜਾ ਵੱਡਾ ਆਲਮੇ ਦੀਨ, ਕੁਛ ਨਹੀਂ, ਮੈਂ ਕੁਛ ਨਹੀਂ, ਮੈਂ ਸਿਰਫ ਔਰ ਸਿਰਫ ਇੱਕ ਦਿਨ ਸਿਰਫ ਮੈਨੂੰ ਸਮਝ ਆਈ ਸੀ ਵੀ ਇਹ ਅਤੇ ਇਹ ਬਹਿਸ ਹੋਈ ਸੀ, ਤਾਂ ਇੱਕ ਬੰਦੇ ਬੀਬੀ ਪਾਕ ਸਨ ਅਤੇ ਇੱਕ ਬੰਦੇ ਕੋਈ ਹੋਰ ਸੀ, ਅਤੇ ਮੈਨੂੰ ਕੋਈ ਬੰਦੇ ਨੇ ਆਖਿਆ ਸੀ ਤੂੰ ਕਿੱਧਰ, ਮੈਂ ਕਿਹਾ ਮੈਂ ਪਾਕ ਸਕਦਾ ਵੀ 33 ਸਾਲ ਤੱਕ ਮੈਨੂੰ ਤਾਂ ਇਲਮ 'ਚ ਨਹੀਂ ਸੀ ਗੱਲ, ਜਦੋਂ ਇਲਮ 'ਚ ਆਈ ਉਹਨੇ ਕਿਹਾ ਤੂੰ ਕਿੱਧਰ ਹੈ, ਮੈਂ ਕਿਹਾ ਮੈਂ ਪਾਕ ਸਕਦਾ, ਉਹਨੇ ਆਖਿਆ ਤੂੰ ਪਾਕ ਸਕਦਾ ਵੱਲ ਕਿਵੇਂ ਹੋ ਗਿਆ, ਮੈਂ ਕਿਹਾ ਪਾਕ ਸਕਦਾ ਅਤੇ ਦਰੂਦ ਹੈ ਅਤੇ ਦਰੂਦ ਵਾਲਿਆਂ ਨੂੰ ਮੰਨੀ ਦਾ ਹੁੰਦਾ, ਪੈਸਾ ਨਹੀਂ ਕਰੀ ਦੀ। ਸੁਭਾਨ ਅੱਲਾ, ਤੁਹਾਨੂੰ ਮੌਲਾ ਸਲਾਮਤ ਰੱਖਣ, ਮੈਂ ਮਤਲਬ ਪੜ੍ਹ ਛੱਡੀਏ, ਜਿਹਦੇ 'ਤੇ ਦਰੂਦ ਹੋਵੇ ਨਾ ਵੀ ਉਹਨਾਂ ਨੂੰ ਤਸਲੀਮ ਕਰੀਦਾ, ਲੈਂਦਾ ਵਸਲੀ ਮੂੰਹ ਤਸਲੀਮ ਆ, ਸਹਰਾ 'ਤੇ ਵੀ ਦਰੂਦ ਹੈ, ਮੁਸਤਫਾ 'ਤੇ ਵੀ ਦਰੂਦ ਹੈ, ਹਸਨੈਨ 'ਤੇ ਵੀ ਦਰੂਦ ਹੈ, ਅਲੀ 'ਤੇ ਵੀ ਦਰੂਦ ਹੈ, ਮਹਦੀ 'ਤੇ ਵੀ ਦਰੂਦ ਹੈ, ਆਲੇ ਮੁਹੰਮਦ ਸਾਰੀ 'ਤੇ ਦਰੂਦ ਹੈ, ਅਤੇ ਜਿਹਦੇ 'ਤੇ ਦਰੂਦ ਪੜ੍ਹੀਏ ਲੈਂਦਾ ਵਸਲੀ ਮੂੰਹ ਤਸਲੀਮ ਆ, ਉਹਨੂੰ ਕੋ ਤਸਲੀਮ ਕਰੋ। ਅਤੇ ਮੈਂ ਕਿਹਾ ਮੈਂ ਪਾਕ ਸਕਦਾ ਅੱਲਾ, ਉਹਨੇ ਕਿਹਾ ਫਿਰ ਤੂੰ ਛੀਆ ਹੈ, ਛੀਆ ਨਹੀਂ ਛੀਆ, ਉਹ ਯਾਰ ਸਾਡਾ ਨਾਮ ਹੀ ਲੋਕਾਂ ਨੂੰ ਨਹੀਂ ਆਉਂਦਾ, ਠੀਕ ਆ, ਮੈਂ ਉਹ ਕੀ ਹੁੰਦਾ, ਉਹਨੇ ਕਹਿੰਦੇ ਪਿੱਟ ਦੇ ਪੁਰਦੇ ਨੇ, ਮੈਂ ਕਹਿੰਦਾ ਨਹੀਂ ਮੈਂ ਨਹੀਂ ਭਾਈਆ, ਉਹ ਮੈਂ ਤਾਂ ਬੀਬੀ ਪਾਕ ਕਰ ਲਈ। ਉਹ ਫਿਰ ਮਜਰੋਂ ਬਾਰਗਾਹ ਜਾ ਕੇ ਵੇਖਿਆ ਤਾਂ ਸਾਰੇ ਆਖਣ ਬੀਬੀ ਸੱਚੀ, ਹਾਏ ਹਾਏ ਸਾਰੇ ਆਖਣ ਬੀਬੀ ਸੱਚੀ ਹੈ, ਉਹ ਤਾਂ ਲੋਕਾਂ ਮੈਨੂੰ ਆਖਿਆ ਤੂੰ ਛੀਆ, ਇਹਦਾ ਮਤਲਬ ਮੰਨ ਜਾ ਸਿਰਫ ਅਸੀਂ ਆ ਜਿਹੜੇ ਚੌਂਕਾਂ ਜਾਂਦੇ ਹਾਂ, ਸਹਰਾ ਕੱਲ੍ਹ ਵੀ ਸੱਚੀ ਸੀ, ਸਦਕੇ ਜਾਵਾਂ, ਸੁਭਾਨ ਅੱਲਾ, ਸਹਰਾ ਅੱਜ ਵੀ ਸੱਚੇ ਨੇ ਔਰ ਸਹਰਾ ਕਿਆਮਤ ਤੱਕ ਸੱਚੇ ਨੇ, ਜਦੋਂ ਤੱਕ ਅੱਲਾ ਸੱਚਾ ਹੈ ਉਦੋਂ ਤੱਕ ਪਾਕ ਸਕਦਾ ਸੱਚੇ ਨੇ। ਮੇਰਾ